ਮੈਨੇਜਮੈਂਟ ਕਦਾ ਮੁਰਦਾਬਾਦ 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 ਕਦਾ ਮੈਨੇਜਮੈਂਟ ਮੁਰਦਾਬਾਦ 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 ਸੁਖਸ਼੍ਰੀ ਦਾ ਪੱਕਾ ਪ੍ਰਬੰਧ ਕਰੋ ਪੱਕਾ ਪ੍ਰਬੰਧ ਕਰੋ ਪਿੰਡ ਲਲੀਣਾ ਤੇ ਨਾਲ ਲੱਗਦੇ ਆਲੇ ਦੁਆਲੇ ਦੇ ਜਿਹੜੇ 8-10 ਪਿੰਡ ਨੇ ਉਹ ਸੁਖਸ਼੍ਰੀ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਨੇ ਕਿਉਂਕਿ ਇਹ ਗੋਡਾਊਨ ਜਿਹੜੇ ਬਣੇ ਹੋਏ ਨੇ ਇੱਥੋਂ ਜਿਹੜੀ ਅਨਾਜ ਦੇ ਵਿੱਚ ਪੈਦਾ ਹੋਈ ਸੁਖਸ਼੍ਰੀ ਜਿਹੜੀ ਲੋਕਾਂ ਦੇ ਘਰਾਂ ਵਿੱਚ ਜਾ ਕੇ ਬੱਚਿਆਂ ਦੇ ਬਜ਼ੁਰਗਾਂ ਦੇ ਕੰਨਾਂ ਪੈਰਾਂ ਦੇ ਵਿੱਚ ਫੜ ਕੇ ਲੜਦੀ ਆ ਜਦੋਂ ਤੇ ਉਹ ਬੱਚੇ ਜਿਹੜੇ ਹੋਰ ਬਹੁਤ ਵੱਡੀ ਸਮੱਸਿਆ ਇਹ ਬਣੀ ਹੋਈ ਆ ਬਾਰ ਬਾਰ ਕਹਿਣ ਦੇ ਬਾਵਜੂਦ ਪਿੰਡ ਵਾਸੀਆਂ ਨੇ ਬਹੁਤ ਮੰਗ ਪੱਤਰ ਬਹੁਤ ਪ੍ਰਸ਼ਾਸਨ ਨੂੰ ਤੇ ਮੈਨੇਜਮੈਂਟ ਨੂੰ ਦੇ ਚੁੱਕੇ ਨੇ ਪਰ ਇਹਨਾਂ ਨੇ ਕੋਈ ਇਸ ਦਾ ਹੱਲ ਨਹੀਂ ਕਰਿਆ ਜਿਹਦੇ ਮੁੱਦੇ ਤੇ ਅੱਜ ਇਹਨਾਂ ਨੇ ਗੱਲ ਆ ਜਿਹੜੀ ਸਨੌਰ ਮੀਟਿੰਗ ਦੇ ਵਿੱਚ ਜਥੇਬੰਦੀ 'ਚ ਰੱਖੀ ਸੀ ਉਹ ਧਿਆਨ 'ਚ ਲਿਆਉਂਦੇ ਹੋਏ ਅੱਜ ਇੱਥੇ ਹੁਣ ਅੱਗੇ ਕੀ ਰਣਨੀਤੀ ਅੱਗੇ ਦੀ ਰਣਨੀਤੀ ਹੈ ਵੀ ਜੇ ਤਾਂ ਪ੍ਰਸ਼ਾਸਨ ਜਾਂ ਆਪਣਾ ਜਿਹੜੀ ਮੈਨੇਜਮੈਂਟ ਆ ਇਹ ਕੋਈ ਭਰੋਸਾ ਦਿੰਦੀ ਆ ਭਰੋਸੇ ਦੇ ਵਿੱਚ ਲੈ ਕੇ ਇਹਦਾ ਹੱਲ ਕਰਨ ਦਾ ਦਿੰਦੀ ਆ ਭਰੋਸਾ ਫਿਰ ਤਾਂ ਅਸੀਂ ਇਸ ਧਰਨੇ ਬਾਰੇ ਸੋਚਾਂਗੇ ਨਹੀਂ ਤਾਂ ਇਹ ਫਿਰ ਪੱਕੇ ਤੌਰ ਤੇ ਚੱਲੂ ਆ ਪ੍ਰਧਾਨ ਜੀ ਦੇ ਧਰਨਾ ਚਾਹ ਰਿਹਾ ਕੀ ਮੇਨ ਰੀਜ਼ਨ ਕੀ ਇਸਦਾ ਕਈ ਪਿੰਡਾਂ 'ਚ ਅਸਰ ਹੋਇਆ ਸੁਸਰੀ ਦਾ ਮੇਨ ਰੀਜ਼ਨ ਇਹ ਹੈ ਜੀ ਵੀ ਆਹ ਜਿਹੜੇ ਗੋਦਾਮ ਬਣੇ ਹੋਏ ਲੱਲੀਣੇ ਪਿੰਡ 'ਚ ਇਹਦੇ ਤੋਂ 8-10 ਪਿੰਡਾਂ ਦੇ ਲੋਕ ਈਵਨ ਸਨੌਰ ਦੇ ਵੀ ਬਹੁਤ ਪਰੇਸ਼ਾਨ ਹੈ ਅਤੇ ਕਈ ਵਾਰੀ ਇਹਨਾਂ ਨੂੰ ਮੈਨੇਜਮੈਂਟ ਹੈ ਜਿਹੜੀ ਇਹਨਾਂ ਨੂੰ ਕਈ ਵਾਰੀ ਆਗਾਹ ਕਰ ਚੁੱਕੇ ਆ ਵੀ ਸਾਡੇ ਮਸਲੇ ਦਾ ਇਹਦਾ ਹੱਲ ਕਰੋ ਕਿਉਂਕਿ ਸੁਖਸ਼੍ਰੀ ਬਹੁਤ ਜ਼ਿਆਦਾ ਖਾਸ ਕਰਕੇ ਲੱਲੀਣੇ ਪਿੰਡ ਨੂੰ ਬਹੁਤ ਜ਼ਿਆਦਾ ਤੰਗ ਕਰ ਰਹੀ ਹੈ ਪਰ ਇਹਨਾਂ ਨੇ ਕੋਈ ਇਹਨਾਂ ਦੇ ਕੰਨਾਂ ਦੇ ਜੋ ਨਹੀਂ ਸਰਕਦੀ ਮਾੜੀ ਮੋਟੀ ਫਾਰਮੈਲਿਟੀ ਕਰਕੇ ਕਹਿੰਦੇ ਨੇ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਇਸ ਕਰਕੇ ਹੁਣ ਜਦੋਂ ਸਾਡੇ ਭਾਰਤੀ ਕਿਸਾਨ ਯੂਨੀਅਨ ਨੇ ਏਕਤਾ ਉਗਰਾਹਾਂ ਦੇ ਲੱਲੀਣੇ ਦੇ ਪ੍ਰਧਾਨ ਨੇ ਸਾਡੇ ਕੋਲ ਗੱਲਬਾਤ ਰੱਖੀ ਸੀਗੀ ਅਤੇ ਉਸ ਦੇ ਮੱਦੇਨਜ਼ਰ ਅਸੀਂ ਅੱਜ ਇੱਥੇ ਆਏ ਹਾਂ ਇਹਨਾਂ ਨੂੰ ਸੰਕੇਤਕ ਧਰਨਾ ਅਸੀਂ ਅੱਜ ਲਾਇਆ ਪਰ ਜੇ ਅੱਜ ਵੀ ਅੱਜ ਤੋਂ ਹੀ ਜੇ ਇਹਨਾਂ ਨੇ ਕੋਈ ਪੱਕਾ ਹੱਲ ਦਾ ਭਰੋਸਾ ਨਾ ਦਿੱਤਾ ਤਾਂ ਇੱਥੇ ਪੱਕਾ ਧਰਨਾ ਵੀ ਲੱਗ ਸਕਦਾ ਹੁਣ ਅੱਗੇ ਕੀ ਮੇਨ ਹੈ ਤੁਹਾਡਾ ਜਿਹੜਾ ਸੁਸਰੀਗਾ ਸਮੱਸਿਆ ਨੂੰ ਦਵਾਈ ਵਗੈਰਾ ਵੀ ਛਿੜਕੋ ਕਰ ਰਹੇ ਹੈ ਟਾਈਮ 'ਤੇ ਨਹੀਂ ਹਾਲੇ ਤੱਕ ਤਾਂ ਕੋਈ ਉਹਨਾਂ ਨੇ ਕੋਈ ਭਰੋਸਾ ਨਹੀਂ ਦਵਾਇਆ ਜੀ ਕੋਈ ਬੰਦਾ ਨਹੀਂ ਆਇਆ ਦਵਾਈ ਕਰਨ ਵਾਸਤੇ ਵੀ ਜਾਂ ਕੋਈ ਕਿਸੇ ਕਿਸਮ ਦਾ ਕੋਈ ਭਰੋਸਾ ਨਹੀਂ ਦਵਾਇਆ ਗਿਆ ਅਤੇ ਅੱਗੇ ਦੇਖਦੇ ਹਾਂ ਹੁਣ ਕੀ ਕਰਦੇ ਅਗਲੇ ਉਸ ਤੋਂ ਬਾਅਦ ਫਿਰ ਫੈਸਲਾ ਲਿਆ ਜਾਊਗਾ ਠੀਕ ਹੈ